बिस्मिल्लाहिर्रहमानिर्रहीम। अस्सलामुअलैकुम मेरे दोस्तों, ऐसे एक वीडियो बनाते पाए हैं कच्चे कुकरण दी। माल डंगर का टाइम हो गया कुकरण का, ऐसे चलो एक छोटी जी वीडियो बना लीए। साडे चैनल का नाम है वहीद पेंडू, लैक ही कर लिया नाल बैल वाला बटन दबा दबा लिया। वीडियो भी एंड तिकर जरूर लिखा। हम कट्ठे कुतर रहे हैं कमार से, कमार का खैर मौसम तो नहीं आएगा, पर ले एक दोस्त का खड़ोता ही गा, पट्ठिया की कमी आएगी अभी इस वजह तो चलो अभी आखिर लै लेंगे। पट्ठिया की कमी तो पूरी होती है, खैर माशाला जानवर खा भी जाते हैं खुश हो के, साडा चारा तैयार हो गया। खैर और कोई अद्धे घंटे तो बाद खुरलियां पा के मुड़ के माल खुरलियां तो बन देव। जानवरों को हम असी दूसरी दफा पट्ठे पा लेने, खैर ना पट्ठे खाधी खड़ोते ने जानवर नाल दी नाल। माशाल्लाह गावां गब्बणा ने खैर ना, हले खैर दुध भी देंदियां। ओ वैर साड़ी पहलने की खैर वो भी माशाल्लाह गुप्ता बिजली का निजाम साढ़े कोई नहीं। खैर पीटर बोर है नाल ही माल दे गेड़ा देख के खाडा भर लईदा उत्थे पिला लईदा, नहीं तो नलके तो खैर औखे पिलावने इतने जानवर। मोटर नहीं लगी है और पानी पिला के उस तो बाद असी फिर तारा शुरू कर देनी। है साडा टोमी ये आस्ता आस्ता हम बदमाश बनता जाता, अगली राती ठूए नूं घेरा दित्ती खड़ोता होवे असी आख्या भी पता नहीं ये कि शाय बड़ी खड़ा ये तो गया तो अगों ठूँ वीडियो बनावन वाली है। खैर हाई हनेरा लैट इतने है कोई ना साढ़े को, खैर वो सही मलूम आत नहीं होंगी, बड़ा इन्हें शुगर लाया ठूए न छड़ के। खैर लियानी अपने खुले जानवर असी नहीं छे, खुरलियां तो असं बन के रखने फिर पानी पी रहा। दिन के तकरीबन चार तो पांच बारी पानी भी खाने जानवर क्योंकि गर्मी है। यह चौथी दफा जानवर पानी खैर नाल पींदे पैने, एक दफा असी होर भी इन्होंने वाले पानी पिलावना रात में तकरीबन नौ साढ़े नौ बजे।
ਸਿਵਾਈ ਦਾ ਸਾਡਾ ਟਾਈਮ ਹੋ ਗਿਆ ਕੁਛ ਗਾਵਾਂ ਦੀ ਖੈਰ ਅਸਾਂ ਤਾਰ ਕੱਢ ਲਈ ਕੁਛ ਸ਼ਰਾਂ ਦੀਆਂ ਗਾਵਾਂ ਖੈਰ ਮਾਸ਼ਾਅੱਲਾ ਸਾਡੀਆਂ ਸਾਰੀਆਂ ਹੀ ਗੱਭਣਾਂ ਨੇ ਇਹਨਾਂ ਤੋਂ ਇਲਾਵਾ ਸਾਡਾ ਹੋਰ ਰੁਜ਼ਗਾਰ ਵੀ ਕੋਈ ਨਹੀਂ ਖੈਰ ਫਿਰ ਵੀ ਸ਼ੁਕਰ ਅਲਹਮਦੁਲਿਲਾ ਤਕਰੀਬਨ 45-50 ਲੀਟਰ ਦੋਵਾਂ ਟਾਈਮਾਂ ਦਾ ਦੁੱਧ ਹੋ ਜਾਂਦਾ ਕੁਛ ਇਹਨਾਂ ਦਾ ਵੰਡਾ ਛੰਡਾ ਆ ਜਾਂਦਾ ਕੋਈ ਸਾਡਾ ਘਰ ਦਾ ਸਰਕਲ ਰਿੜ ਜਾਂਦਾ ਫਿਰ ਅਸੀਂ ਕੋਸ਼ਿਸ਼ ਕਰਨੇ ਹਾਂ ਚੁਆਈ ਸਾਫ਼ ਸੁਥਰੀ ਸਾਡੀ ਹੋਵੇ ਥਣਾਂ ਨੂੰ ਚੰਗੀ ਤਰ੍ਹਾਂ ਅਸੀਂ ਖੈਰ ਧੋ ਲੈਂਦੇ ਹਾਂ ਇਸ ਤਰੀਕੇ ਸਾਫ਼ ਸੂਫ ਵੀ ਕਰ ਲਈਦੇ ਲੈਡ ਤਕਰੀਬਨ ਇੱਕ ਟਾਈਮ ਦਾ ਹਾਲੇ ਤਿੱਕਰ ਵੀ ਮਾਸ਼ਾਅੱਲਾ 4-5 ਕਿਲੋ ਦੁੱਧ ਹੈ ਇਹਦੇ ਇੱਕ ਟਾਈਮ ਦਾ ਸ਼ਾਮ ਦਾ ਜ਼ਿਆਦਾ ਹੋ ਜਾਂਦਾ ਸਵੇਰ ਦਾ ਥੋੜ੍ਹਾ ਹੁੰਦਾ ਖੈਰ ਮੁੜ ਵੀ ਖੈਰ 8.5-9 ਕਿਲੋ 8.5-9 ਕਿਲੋ ਹੋ ਜਾਂਦਾ ਦੁੱਧ ਦਿੰਦਾ ਖੈਰ ਨਾਲ ਜਾਨਵਰ ਖੈਰ ਮੇਰੇ ਕੋਲ ਮਾਸ਼ਾਅੱਲਾ ਜੀ ਜਿਹੜੇ ਵੀ ਐਨ ਠੀਕ ਹੈਣਗੇ ਕਰਾਸ ਨਸਲ ਦੇ ਗਰਮੀ ਵੀ ਬਰਦਾਸ਼ਤ ਖੈਰ ਨਾਲ ਕਰਦੇ ਦੁੱਧ ਨੂੰ ਵੀ ਠੀਕ ਹੈ ਮੈਂ ਸਵੇਰੇ ਇਹਨਾਂ ਦੀ ਫੈਟ ਐਲਰ ਕਰਾਈ ਹੈ ਖੈਰ ਨਾਲ ਇਹਨਾਂ ਜਾਨਵਰਾਂ ਦੀ ਮਖਗਾਵਾਂ ਦੀ ਤਾਂ ਖੈਰ ਦੀ ਫੈਟ ਹੁੰਦੀ ਨਹੀਂ ਤਾਂ ਮਾਸ਼ਾਅੱਲਾ ਕੁਛ ਤਾਂ ਵਜ੍ਹਾ ਇਹ ਹੈਗੀ ਵੀ ਜਾਨਵਰ ਮਖ ਸੂਆਂ ਨਾਲੇ ਨੇ ਗੱਭਣਾ ਨੇ ਗਾਵਾਂ ਕੁਛ ਇਸ ਵਜ੍ਹਾ ਤੋਂ ਹੈਗਾ ਕੁਛ ਅਸੀਂ ਮਿਹਨਤ ਵੀ ਖੈਰ ਕੋਸ਼ਿਸ਼ ਕਰਨੇ ਹਾਂ ਚੰਗੀ ਕਰਨੇ ਹਾਂ ਤੇਲ ਸ਼ੇਲ ਮੁੱਖ ਤਕਰੀਬਨ ਇੱਕ ਤੋਂ ਦੂਸਰਾ ਦਿਨ ਇੱਕ ਇੱਕ ਚਾਹ ਦਾ ਕੱਪ ਜਿਹੜਾ ਤੇਲ ਦਾ ਉਹ ਅਸੀਂ ਹਰ ਜਾਨਵਰ ਨੂੰ ਮਤਲਬ ਕਿ ਦਿੰਦੇ ਹਾਂ ਵੰਡੇ ਦੇ ਵਿੱਚ ਪਾ ਕੇ ਖਿਲਾ ਦੇਈਦਾ ਉਹਦੇ ਨਾਲ ਵੀ ਕੁਛ ਫੈਟ ਸਾਡੀ ਠੀਕ ਹੈਗੀ 28-28 ਐਲ ਆਰ ਹੈਗੀ ਸਵੇਰੇ 5-9 ਮੇਰੀ ਫੈਟ ਆਈ ਹੈ ਸ਼ਾਮ ਦੀ ਹੈਗੀ 4-9-28 ਐਲ ਆਰ ਆਈਗੀ ਦੁੱਧ ਖੈਰ ਮੈਂ ਚਿੱਲਰ 'ਤੇ ਆਪ ਪਹੁੰਚਾ ਕੇ ਆਉਂਦਾ ਸਵੇਰ ਦਾ ਵੀ ਸ਼ਾਮ ਦਾ ਵੀ ਸਾਡੀ ਉਸ ਗਾਂ ਦੀ ਚੁਆਈ ਖੈਰ ਮੁਕੰਮਲ ਹੋ ਗਈ ਕਈ ਦੋਸਤ ਆਖਦੇ ਨੇ ਵੀ ਜਾਨਵਰਾਂ ਨੂੰ ਵੰਗੇ ਮਾਰ ਦੇਣਗੇ ਉਹ ਬਰਲਸ ਸਾਡੀ ਕੋਸ਼ਿਸ਼ ਹੁੰਦੀ ਹੈ ਜਾਨਵਰ ਨੂੰ ਮਤਲਬ ਵੰਗਾ ਮਾਰਨੇ ਆ ਆਖਿਰ ਜਾਨਵਰ ਹੈਗਾ ਬੇਸਮਝ ਕਿਹੜਾ ਪਤਾ ਹੁੰਦਾ ਕਿਹੜੇ ਟਾਈਮ ਲੱਤ ਚਾ ਲਿਓ ਹੋਰ ਸ਼ਰੀਫ ਹੈਣਗੀਆਂ ਵੰਗਾ ਮਾਰ ਜਾਂ ਨਾ ਮਾਰ ਕੋਈ ਮਸਲਾ ਨਹੀਂ ਇਹ ਹੁਣ ਮਾਸ਼ਾਅੱਲਾ ਮੇਰੇ ਕੋਲ ਗਾਂ ਹੈ ਵੀ ਇਹਨੇ ਇਹ ਐਵੇਂ ਸਮਝੋ ਵੀ ਇਹ ਸਾਰੀਆਂ ਦੀ ਮਾਂ ਇਹ ਹੀ ਹੈ ਜੇ ਬਾਹਰੋਂ ਕੋਈ ਮੁੱਲ ਵੀ ਲਈ ਆਣਗੇ ਤਾਂ ਅਖਰਾ ਜਾ ਤਾਂ ਇਸੇ 'ਚ ਅਸੀਂ ਪੂਰਾ ਕੀਤਾ ਨਾ ਜੇ ਬੱਚੇ ਦਿੱਤੇ ਨੇ ਤਾਂ ਅਸੀਂ ਉਹ ਵੇਚ ਕੇ ਬਕਾਇਆ ਕੁਛ ਥੋੜ੍ਹੋ ਪੈਸੇ ਪਾ ਕੇ ਮਤਲਬ ਗਾਵਾਂ ਵਿੱਚ ਲੈ ਲਈ ਅਤੇ ਸਾਰਿਆਂ ਦੀ ਮਾਂ ਐਵੇਂ ਸਮਝੋ ਇਹ ਹੀ ਹੈ ਧੋ ਕੇ ਸਾਫ ਕਰਕੇ ਕੱਪੜੇ ਨਾਲ ਉਸ ਤੋਂ ਬਾਅਦ ਇਹ ਚੁਆਈ ਕਰਨੀ ਇਹ ਵੀ ਗਾਂ ਮਾਸ਼ਾਅੱਲਾ ਮੇਰੀ ਗੱਭਣ ਹੈਗੀ ਦੁੱਧ ਤਕਰੀਬਨ 8-9 ਲੀਟਰ ਹੋ ਜਾਂਦਾ ਦੋਵਾਂ ਟਾਈਮਾਂ ਨੇ
दोस्तों इनकी चुवाई मुकम्मल होगी। खैरना चुवाई जान कर ली मुकम्मल, चुवाई बस मेरे लागे एक खैर आँदी हैगी बहुत असी। हम खैर वीडियो कोई नहीं बना, क्योंकि वीडियो काफ़ी लंबी सारी बन गई।